ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿੱਠਾ ਜੀ ਵੱਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਕੋਈ ਹਾਲ ਨਹੀਂ ਪਸ਼ਾਵਰ ਹਾਈ ਕੋਰਟ ਜਿਹੜੀ ਹੈ ਉਹ ਤੜਾ ਤੜ 9 ਮਈ ਦੇ ਜਿਹੜੇ ਮੁਜਰਮ ਨੇ ਪਾਕਿਸਤਾਨ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਤੜਾ ਤੜ ਕਲੀਅਰ ਕੀਤੀ ਜਾ ਰਹੀ ਹੈ ਅਰ ਉਹਨਾਂ ਨੂੰ ਐਵਾਨੇ ਬਾਲਾ ਦੇ ਵਿੱਚ ਪਹੁੰਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਹੀ ਹੈ ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿ ਰਿਹਾ ਹਾਫਿਜ਼ ਸਾਹਿਬ ਆਰਮੀ ਚੀਫ ਸਾਹਿਬ ਤੁਹਾਡੇ ਅੱਗੇ ਮੈਂ ਬੜੀ ਢੇਰ ਤੋਂ ਗੁਜ਼ਾਰਿਸ਼ ਕਰ ਰਿਹਾ ਔਰ ਸਾਰਿਆਂ ਮਿਠਿਆਂਗੇ ਕਿ ਇਹ ਪਸ਼ਾਵਰ ਹਾਈ ਕੋਰਟ ਦਾ ਖਾਤਾ ਜਿਹੜਾ ਇਹ ਸਾਫ਼ ਕਰੋ ਓਨੀ ਦੇਰ ਤੱਕ ਗੱਲ ਜਿਹੜੀ ਇਹ ਅੱਗੇ ਨਹੀਂ ਵਧਣੀ ਜਿੰਨੀ ਦੇਰ ਤੱਕ ਤੁਸੀਂ ਉੱਥੇ ਕੋਈ ਵੱਡੀ ਸ਼ਹਿਰ ਹਨਾ ਸੁੱਠੀ ਓਨੀ ਦੇਰ ਤੱਕ ਇਹ ਗੱਲ ਅਗਾ ਨਹੀਂ ਜੇ ਵਧਣੀ ਇਹ ਮੈਂ ਤੁਹਾਨੂੰ ਕਿੰਨੀ ਦੇਰ ਤੋਂ ਕਹਿ ਰਿਹਾ لیکن مجال ہے کہ کوئی بندہ جڑا ہے ਸਾਡੀ ਗੱਲ ਸੁਣੇ ٹھیک ਹੈ ਨਾ ਤੇ ਮੈਂ ਨਾ ਇਹਨਾਂ ਸਾਰਿਆਂ ਨੂੰ ਛੱਡੋ ਹਾਂ ਇਹ ਮੈਨੂੰ ਹੀ ਤੁਸੀਂ 9 ਮਈ ਚ ਅੰਦਰ ਕਰਕੇ ਸਜ਼ਾ ਦੇ ਦਿਓ ਤਾਂ ਕਿ ਸਾਡਾ ਵੀ ਰਾਂਝਾ ਰਾਜ਼ੀ ਹੋ ਜਾਵੇ ਚਲੋ ਕਿਸੇ ਨੂੰ ਸਜ਼ਾ ਤੇ ਮਿਲੀ ਤੇ ਉਧਰ ਉਹਨਾਂ ਦਾ ਵੀ ਰਾਂਝਾ ਰਾਜ਼ੀ ਹੋ ਜਾ ਕਿ ਖਿਆਲ ਹੈ ਉਂਝ ਤਾਂ ਮੈਨੂੰ ਲੱਗਦਾ ਤੁਸੀਂ ਕਿਸੇ ਨੂੰ ਫੜਨਾ ਵੀ ਕੋ ਨਹੀਂ ਤੇ ਸਜ਼ਾ ਵੀ ਕੋਈ ਨਹੀਂ ਦੇਣੀ ਤੇ ਇੰਜ ਹੀ ਇਹ ਦੁਬਾਰਾ ਹਰ ਰੋਜ਼ ਫੌਜ ਤੇ ਹਮਲੇ ਵੀ ਹੋਣੇ ਨੇ ਔਰ ਏ ਤਮਕੀਆਂ ਵੀ ਆਣੀਆਂ ਨੇ ਔਰ ਸਾਰਾ ਕੁਛ ਹਨ ਸਾਨੂੰ ਪਾਜੀ ਅੰਦਰ ਕਰੋ ਤੇ ਅੱਕਾ ਬੋ ਜੀ ਇਹਨਾਂ ਨੇ ਕੀਤਾ ਗੱਲ ਖਤਮ ਹੋ ਗੇ ਰੋਲਾ ਮਗਾ ਦੇ ਜੇਕਰ ਨਾ ਢੋਲਾ ਹੋਸੀ ਤੇ ਨਾ ਰੋਲਾ ਪਉਸੀ ਠੀਕ ਨਾ ਅਸੀਂ ਵੀ ਆ ਰੋਜ਼ ਦੀ ਜਿਹੜੀ ਆ ਕਿਲਕਿਲ ਪਾਣੇ ਆ ਇਹਦੇ ਤੋਂ ਸਾਰਿਆਂ ਦੀ ਜਾਨ ਛੁੱਟ ਜਾਏਗੀ ਕੀ ਖਿਆਲ ਹੈ ਸ਼ਾਹ ਜੀ ਮੁਰਸ਼ਦ پاک ਵੇਖ ਲਿਆ ਜੀ ਹੁਣ ਕੀ ਹੋ ਰਿਹਾ ਇੱਥੇ ਕਿ ਸੱਤ ਤੱਕ ਆਵਾਮ ਜਿਹੜੀ ਉਹ ਜੁੜੀ ਐ ਸਾਰਿਆਂ ਨੂੰ ਆਪਣੇ ਆਪ ਨੂੰ ਵੀ ਆਵਾਮ ਕੌਸ ਰਹੀ ਬੇ ਇੱਕ ਹੀ ਹੋ ਰਿਹਾ ਠੀਕ ਹੈ ਨਾ ਜੀ ਅੱਛਾ ਜੀ ਖਬਰਾਂ ਜਿਹੜੀਆਂ ਮੈਂ ਲੈ ਕੇ ਤੁਹਾਡੀ خدمت ਦੇ ਵਿੱਚ حاضر ਆਇਆ ਵਾਸ਼ਲ ਔਰ ਸਵਾਤੀ ਦੇ ਕਾਗਜ਼ਾਤ ਤੇ ਨਾਮਜ਼ਦਗੀ ਮਨਜ਼ੂਰ ਤੇ ਰਿਆਸਤ ਵੜ ਗਈ 9 ਮਈ ਦੇ ਮੁਜਰਮਾਂ ਦੀ ਰਿਹਾਈ ਅਦਾਲਤ ਦਾ ਵੱਡਾ ਫੈਸਲਾ ਪੀਰਨੀ ਔਰ ਨਿਆਜ਼ੀ 4 ਅਪ੍ਰੈਲ ਨੂੰ ਤਲਬ ਕੈਦੀ ਨੰਬਰ 804 ਕੇਪੀਕੇ ਦੇ ਵਿੱਚ ਵੱਡੀ ਮੁਹਿੰਮ ਸ਼ੁਰੂ ਇਹ ਕੀ ਮਾਮਲੇ ਹਨ ਇਹ ਅਸੀਂ ਤੁਹਾਡੇ ਸਾਹਮਣੇ ਰੱਖਨੇ ਆਂ ਚਲੋ ਸਭ ਤੋਂ ਪਹਿਲੇ ਜਿਹੜੀ ਇਹ ਇੱਕ ਸ਼ੁਗਲ ਵਾਲੀ ਖਬਰ ਹੈ ਇਹ ਤੁਹਾਡੇ ਸਾਹਮਣੇ ਅਸੀਂ ਗੋਸ਼ਕੁਦਾਰ ਕਰ ਲੈਨੇ ਆਂ ਹੁਣ ਨਿਆਜ਼ੀ ਜਿਹੜਾ ਮੌਰੀ 420 ਇਹਦਾ ਜੇਲ੍ਹ ਦੇ ਵਿੱਚ ਜਿਹੜਾ ਨੰਬਰ ਹੈ ਉਹ 420 ਹੈ ਲੇਕਿਨ ਇਹ ਯੂਥਰਡ ਪ੍ਰੋਗਰਾਮ ਇਹਨਾਂ ਬੇਫਕੂਫੇ ਇਹਨਾਂ ਨੂੰ ਅਜੇ ਤੱਕ ਇਹ ਹੀ ਨਹੀਂ ਪਤਾ ਕਿ ਇਹ ਜਿਹੜਾ 804 ਨੰਬਰ ਸੀ ਇਹ ਅਟਕ ਜੇਲ੍ਹ ਦੇ ਵਿੱਚ ਉਹਨੂੰ ਮਿਲਿਆ ਸੀ ਹੁਣ ਅੜਿਆਲਾ ਜੇਲ੍ਹ ਦੇ ਵਿੱਚ ਜਿਹੜਾ ਇਹਦਾ ਨੰਬਰ ਹੈ ਉਹ 420 ਹੈ 420 ਦਾ ਮਰਾਦ ਇਹ ਕਿ ਜਿਹੜਾ ਧੋਖੇਬਾਜ਼ ਫਰਾਡੀਆਂ ਦੋ ਨੰਬਰ ਕਿਉਂਕਿ ਸਾਰੇ ਜੁਰਾਇਮ ਦੇ ਵਿੱਚ ਇਹ ਇਹਨੂੰ ਸਿਵਾ ਹੋਈ ਕਰਪਟ ਇਸ ਤਰ੍ਹਾਂ ਦੇ ਸਾਰੇ ਮਾਮਲੇਤ ਨੇ ਦੇ ਤੇ 420 ਨੰਬਰ ਜਿਹੜਾ ਇਹਨੂੰ ਦਿੱਤਾ ਗਿਆ ਉਹ ਪਿੰਡਾਂ ਥਾਵਾਂ ਤੇ ਮਸ਼ਹੂਰ ਹੈ ਨਾ ਕਿ ਫਲਾਣਾ ਤੇ ਬੜਾ 420 ਹੈ ਯਾਨੀ ਕਿ ਦੋ ਨੰਬਰ ਫਰਾਡੀਆ ਹੈ ਧੋਖੇਬਾਜ਼ ਹੈ ਝੂਠ ਬੋਲਦਾ ਹੈ ਫਲਾ ਕਰਦਾ ਹੈ ਇਹ ਕਰਦਾ ਹੈ ਡਗਾਬਾਜ਼ੀ ਕਰਦਾ ਹੈ ਤੇ ਇਹ 420 ਇਹਦਾ ਨੰਬਰ ਹੈ ਲੇਕਿਨ ਪਖਤੂਨ ਹਾ ਦੀ ਹਕੂਮਤ ਦਾ ਇਹ ਬਹੁਤ ਵੱਡਾ ਮਨਸੂਬਾ ਜਿਹੜਾ ਇਹ ਸਾਡੇ ਸਾਹਮਣੇ ਗੁਜ਼ਰਿਆ ਅੱਜ ਹੀ ਅਸਾਂ ਇੱਕ ਖਬਰ ਪਰੀ ਪੜ੍ਹੀ ਪਖਤੂਨ ਹਾ ਦੇ ਵਿੱਚ ਕਿ ਇਹ ਅਲੀਮਨ ਗੰਡਾਪੁਰ ਜਿਹੜਾ ਉਹਨੇ ਉਹਦੀ ਕਬੀਨਾ ਜਿਹੜੀ ਹੈ ਜਿਹੜੀ ਪਤਾ ਨਹੀਂ ਹੈ ਕਿ ਨਹੀਂ ਅਫਗਾਨੀ ਹੋਣੇ ਨੇ ਸਾਰੇ ਇਹ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਪਖਤੂਨ ਹਾ ਦੇ ਹਰ ਘਰ ਦੇ ਵਿੱਚ ਕੈਦੀ ਨੰਬਰ 804 ਦੀ ਮਸ਼ਹੂਰੀ ਕੀਤੀ ਜਾਏਗੀ ਕੈਦੀ ਨੰਬਰ 804 ਦੀ ਮਸ਼ਹੂਰੀ ਕੀਤੀ ਜਾਏਗੀ ਯਾਨੀ ਕੈਦੀ ਨੰਬਰ 804 ਨੂੰ ਇਜਾਜ਼ ਦੇ ਨਾਲ ਨਵਾਜ਼ਿਆ ਜਾਏਗਾ ਉਹ ਇਜਾਜ਼ ਕੀ ਹੈ ਉਹ ਇਹ ਵੇ ਕਿ ਹਰ ਘਰ ਜਿਹੜਾ ਪਖਤੂਨ ਹਾ ਦੇ ਵਿੱਚ ਉਹ ਹਰ ਘਰ ਦੇ ਵਿੱਚ ਇੱਕ ਚਿੱਟੇ ਰੰਗ ਦਾ ਖੋਤਾ ਬਣਿਆ ਜਾਏਗਾ बनके ते ओनु रंग ਕੀਤਾ ਜਾਏਗਾ طریقے انصاف ਦੇ ਝੰਡੇ ਦੇ رنگ ਦੇ ਵਿੱਚ ओनु ਰੰਗ ਕੀਤਾ ਜਾਏਗਾ ਔਰ ਉਹਦੇ ਦੋਨਾਂ ਪਾਸਿਆਂ ਤੇ ਢਿੱਡ ਤੇ 804 ਜਿਹੜਾ ਨਾ ਉਹ ਲਿਖਿਆ ਜਾਏਗਾ ਔਰ ਉਹਦੇ ਜਿਹੜੇ ਕੰਨ ਖੋਤੇ ਦੇ ਕੰਨ ਦੇ ਨਾਲ ਦੋਹਾਂ ਦੋਹਾਂ ਕੰਨਾਂ ਦੇ ਨਾਲ ਤਰੀਕੇ ਇਨਸਾਫ ਦਾ ਝੰਡਾ ਜਿਹੜਾ ਉਹ ਬਨਿਆ ਜਾਏਗਾ ਉਹਦੇ ਉੱਤੇ ਮੋਰੀ 420 ਦੀ ਤਸਵੀਰ ਵੀ ਹੋਏਗੀ ਉਸ ਝੰਡੇ ਦੇ ਉੱਤੇ ਤੇ ਇਹਦੇ ਤੋਂ ਉਹ ਜਿਹੜੀ ਪਖਤੂਨ ਹਾਦੀ ਹਕੂਮਤ ਹੈ ਉਹ ਸਮਝ ਨੇ ਕਿ ਇਹਦੇ ਨਾਲ ਇੱਕ ਤੇ ਖਾਨ ਸਾਹਿਬ ਦੀ ਮਸ਼ਹੂਰੀ ਹੋਏਗੀ ਔਰ ਖਾਨ ਸਾਹਿਬ ਜਿਹੜੇ ਨੇ ਇਹ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਨ ਦੇ ਔਰ ਜਿੱਧਰ ਵੀ ਉਹ ਖੋਤੇ ਜਾਣਗੇ ਹਰ ਪਾਸੇ ਇਹ Imran Khan ਦੀ ਆਵਾਜ਼ ਜਿਹੜੀ ਉਹ ਗੂੰਜੇਗੀ ਤੇ ਇਸ ਮਨਸੂਬੇ ਤੇ 7.5 ਅਰਬ ਰੁਪਈਆ ਜਿਹੜਾ ਇਹ ਖਰਚ ਕੀਤਾ ਜਾ ਰਿਹਾ ਹੈ ਪਖਤੂਨ ਹਾਦੀ ਭੁਖੀ ਨੰਗੀ ਆਵਾਮ ਦਾ ਕਿ ਹਰ ਘਰ ਦੇ ਅੱਗੇ ਇੱਕ ਚਿੱਟੇ ਰੰਗ ਦਾ ਖੋਤਾ ਬੰਨਿਆ ਜਾਏਗਾ اور ਉਹਨੂੰ ਰੰਗ ਕਰਕੇ ਤੇ 804 ਉਹਦੇ ਢਿੱਡ ਦੇ ਦੋਹਾਂ ਪਾਸੇ ਲਿਖਿਆ ਜਾਏਗਾ ਤਾਂ ਕਿ ইমরান ਖਾਨ ਨੂੰ ਲੋਕੀ ਭੁੱਲ ਨਾ ਇਹ ਮੈਂ ਸਮਝੀ ਨਾ ਕਿ ਇਹ ਬਹੁਤ ਵੱਡਾ ਮਨਸੂਬਾ ਇਸ ਤਰ੍ਹਾਂ ਦੇ ਮਨਸੂਬੇ ਪਖਤੂਨ ਹਕੀ ਹਕੂਮਤ ਅਚ ਆਂਦੇ ਰਹਿਣਗੇ ਤੇ ਇੱਕ ਤੇ ਸੂਬਾ ਜਿਹੜਾ ਉਹ ਦਿਵਾਲੀਆ ਹੋਣ ਤੋਂ ਬਚ ਜਾਏਗਾ ਦੁਬਾਰਾ ਬਹਾਲ ਹੋ ਜਾਏਗਾ ਤੇ ਦੂਸਰਾ ਉੱਥੇ ਤਰੱਕੀ ਦਾ ਇੱਕ ਨਵਾਂ ਸਫ਼ਰ ਜਿਹੜਾ ਨਾ ਇਹ جاری ਹੋ ਜਾਏਗਾ ਤੇ ਸ਼ਾਬਾਸ਼ ਵਜ਼ੀਰ اعلی ਖੈਬਰ ਪਖਤੂਨ ਹਾ ਤੇਰੇ ਤੇ ਸਾਨੂੰ ਇਹੀ ਉਮੀਦ ਹੈ ਅੱਗੇ ਜਨਾਬ ਤੁਸੀਂ ਆਜੋ ਇੱਕ ਛੋਟੀ ਜੀ ਖਬਰ ਐ ਪੀਰਨੀ ਪੀਰਨੀ ਔਰ ਨਿਆਜ਼ੀ 4 ਅਪ੍ਰੈਲ ਨੂੰ ਅਦਾਲਤ ਦੇ ਵਿੱਚ ਤਲਬ ਇਹ ਔਨ ਠੋਕਠਕਾਈ ਕੇਸ ਜਿਹੜਾ ਪੀਰਨੀ ਔਰ ਨਿਆਜ਼ੀ ਦੇ ਉੱਤੇ ਆ ਔਰ ਇਹਨਾਂ ਨੂੰ 7-7 ਸਾਲ ਕੈਦ ਜਿਹੜੀ ਉਹ ਸੁਣਾਈ ਗਈ ਔਰ ਪੀਰਨੀ ਜਿਹੜੀ ਉਹ ਬੰਗਾਲਾ ਦੇ ਵਿੱਚ ਬੰਦ ਤੇ ਮੋਰੀ 420 ਜਿਹੜਾ ਉਹ ਅਦਾਲਤ ਦੇ ਵਿੱਚ ਕੁਕੜ ਕੜਾਈਆਂ ਪਟ ਰਿਹਾ ਔਰ 35 ਲੱਖ ਰੁਪਈਆ 6 ਮਹੀਨੇ ਦੇ ਵਿੱਚ ਉਹਦਾ ਅਗੋਸਟ ਖਾ ਚੁੱਕਿਆ ਔਰ 1 ਲੱਖ ਰੁਪਇਆ ਮਹੀਨਾ ਉਹਦੇ ਗੋਸ਼ਟ ਲੱਗਦਾ ਹੈ ਯਾਨੀ ਕਿ 20000 ਰੁਪਇਆ ਸਿੱਕਾ ਰਾਜੂਲ ਵਕਤ ਜਿਵੇਂ ਉਹ ਮਿਸਾਲ ਬਣੀ ਹੈ ਕਿ ਮਰਿਆ ਹਾਥੀ ਲੱਖ ਦਾ ਮਰਿਆ ਹਾਥੀ ਸਵਾ ਲੱਖ ਦਾ ਤੇ ਜ਼ਿੰਦਾ ਹਾਥੀ ਲੱਖ ਦਾ ਇਹੀ ਕੋ ਸਾਡੇ ਨਾਲ ਉੱਥੇ ਹਸਾਰਤਤਾ ਬਣਿਆ ਹੈ ਹੇ ਹੁਣ ਇਹਨਾਂ ਦੀ ਸੈਸ਼ਨ ਅਦਾਲਤ ਦੇ ਵਿੱਚ ਜ਼ਮਾਨਤ ਦੀ ਦਰਖਾਸਤ ਯਾਨੀ ਕਿ ਅਪੀਲ ਹੈ ਕਿ ਇਹ ਠੋਕਠਕਾਈ ਕੇਸ 'ਚ ਸਾਨੂੰ ਜਿਹੜਾ ਨਾ ਇਹ ਰਿਲੀਫ ਦਿੱਤਾ ਜਾਏ ਏ ਇਹ ਝੂਠਾ ਕੇ ਐਸੇ ਸਾਡੇ ਤੇ ਉਹ ਲਤੀਫ ਔਰ ਮਾਨੀਕਾ ਔਰ ਗਵਾਇਆਂ ਸਾਰੀਆਂ ਜਿਹੜੀਆਂ ਨੇ ਉਹ ਝੂਠੀਆਂ ਨੇ ਅਸਾਂ ਤੇ ਕੋਈ ਗਲਤ ਕੰਮ ਕੀਤਾ ਹੀ ਨਹੀਂ ਤੇ ਜਿਹੜਾ ਨਿਕਾਹ ਖਾਂ ਸੀ ਉਹ ਵੀ ਝੂਠ ਬੋਲਦਾ ਜਿਹਨੇ ਦਸ ਗੱਤ ਕੀਤੇ ਨੇ ਉਹ ਵੀ ਝੂਠ ਬੋਲਦਾ ਜਿਹੜੇ ਸੁਲਤਾਨੀ ਗਵਾਹ ਸੀ ਉਹ ਸਾਰੇ ਝੂਠੇ ਨੇ ਜਿੰਨਾ ਸਾਨੂੰ ਉਤੋਂ ਫੜਿਆ ਸੀ ਉਹ ਵੀ ਝੂਠੇ ਨੇ ਅਸੀਂ ਦੋਵੇਂ ਸੱਚੇ ਆ ਪਵਿੱਤਰ ਆ ਲਿਆਦਾ ਸਾਨੂੰ ਤੁਸੀਂ ਇਸ ਕੇਸ ਦੇ ਵਿੱਚੋਂ ਬਰੀ ਕਰੋ ਜਾਂ ਜ਼ਮਾਨਤ ਦਿਓ ਇਹ ਇੱਕ ਕੇਸ ਜਿਹੜਾ ਇਹ ਝੂਠਾ ਹੈ ਉਹ ਉਸ ਸਬ ਦੇ ਵਿੱਚ ਅੱਜ ਅਦਾਲਤ ਦੇ ਵਿੱਚ ਪੇਸ਼ੀ ਸੀ ਇਹਨਾਂ ਦੋਨਾਂ ਦੀ ਲੇਕਿਨ ਇਹ ਦੋਵੇਂ ਹੀ ਹਾਜ਼ਰ ਉੱਥੇ ਨਹੀਂ ਹੋ ਸਕੇ ਔਰ ਅਦਾਲਤ ਨੇ ਇਹਨਾਂ ਨੂੰ ਜ਼ੂਮ ਦੇ ਜ਼ਰੀਏ ਹਾਜ਼ਰ ਯਾਨੀ ਕਿ ਵੀਡੀਓ ਕਾਲ ਦੇ ਜ਼ਰੀਏ ਹਾਜ਼ਰੀ ਦਾ ਇਹਨਾਂ ਦਾ ਇੰਤਜ਼ਾਮ ਕੀਤਾ ਗਿਆ ਸੀ ਲੇਕਿਨ ਇਹ ਦੋਨੋਂ ਹੀ ਵੀਡੀਓ ਕਾਲ ਤੇ ਆ ਕੇ ਇਹਨਾਂ ਅਦਾਲਤ ਦੇ ਵਿੱਚ ਆਪਣੇ ਬਿਆਨਾਤ ਜਾਂ ਜਿਹੜਾ ਜਾਂ ਜੋ ਵੀ ਇੱਕ ਸਾਖਤਾ ਬੰਦਾ ਹਾਜ਼ਰੀ ਨਹੀਂ ਲਵਾਈ ਔਰ ਉਸ ਤੋਂ ਬਾਅਦ ਦੱਸਣ ਵਾਲੇ ਦੱਸਦੇ ਨੇ ਕਿ ਪੀਰ ਨਹੀਂ ਜਿਹੜੀ ਹੈ ਉਹਦੇ ਅੰਦਰ ਕੋਈ ਯੂਥੀਆ ਠਹਿਰੇ ਆ ਤੇ ਉਹ ਉਧਰ ਮਸਰੂਫ ਹੈ ਪਤਾ ਨਹੀਂ ਕਢਾਇਆ ਸੁ ਕਿ ਨਹੀਂ ਤੇ ਮੋਰੀ ਜਿਹੜਾ ਉਹਨੂੰ ਖੁਰਕ ਪਈਏ ਇਸ ਵਜ੍ਹਾ ਤੋਂ ਉਹ ਵੀ ਨਹੀਂ ਆ ਸਕਿਆ ਜਿਨ੍ਹਾਂ ਉਹ ਗੋਸ਼ਤ ਖਾਂਦਾ ਖੁਰਕ ਹੀ ਪੈਣੀ ਹੈ ਹੋਰ ਫਿਰ ਉਹਦੇ ਉੱਤੇ ਕੀ ਫਲ ਬੂਟੇ ਥੋੜੇ ਲੱਗਣ ਇਹ ਦੋਵੇਂ ਹੀ ਹਾਜ਼ਰ ਨਹੀਂ ਹੋ ਸਕੇ ਤੇ ਉਸ ਤੋਂ ਬਾਅਦ ਇਹ ਸੈਸ਼ਨ ਜੱਜ ਸਾਹਿਬ ਜਿਹੜੇ ਨੇ ਇਹ ਹੋ ਜਾਂਦੇ ਨੇ ਗੁੱਸੇ ਚ ਆ ਜਾਂਦੇ ਨੇ ਔਰ ਗੁੱਸਾ ਖਾ ਕੇ ਤੇ ਇੱਕ ਹੁਕਮ ਜਿਹੜਾ ਇਹ ਜਾਰੀ ਕਰ ਦਿੰਦੇ ਨੇ ਕਿ ਪੀਰਨੀ ਔਰ ਨਿਆਜ਼ੀ ਨੂੰ ਹਾਲ ਹਰ ਹਾਲ ਦੇ ਵਿੱਚ ਜੇਲ ਤੋਂ ਕੱਢ ਕੇ ਪੂਰੀ ਸਿਕਿਉਰਿਟੀ ਦੇ ਕੇ ਤੇ 4 ਅਪ੍ਰੈਲ ਨੂੰ ਮੇਰੀ ਅਦਾਲਤ ਦੇ ਵਿੱਚ ਹਾਜ਼ਰ ਕੀਤਾ ਜਾਏ ਤਾਂ ਕਿ ਇਹ ਜਿਹੜਾ ਬਦਕਾਰ ਜੋੜਾ ਇਹਨਾਂ ਦੀ ਜ਼ਮਾਨਤ ਦੇ ਉੱਤੇ ਅੱਗੋਂ ਕਾਰਵਾਈ ਜਿਹੜੀ ਹੈ ਇਹ ਸ਼ੁਰੂ ਹੋ ਜਾਏ ਲੇਕਿਨ ਇਹ ਸਾਨੂੰ ਪੂਰਾ ਯਕੀਨ ਹੈ ਕਿ ਜੱਜ ਸਾਹਿਬ ਦੇ ਇਸ ਹੁਕਮ ਤੇ ਅਮਲ ਦਰ آمد ਨਹੀਂ ਹੋਣਾ ਕਿਉਂਕਿ ਵੱਡੀਆਂ ਅਦਾਲਤਾਂ ਜਿਹੜੀਆਂ ਨੇ ਉਹ ਹੁਕਮ ਜਾਰੀ ਕਰ ਚੁੱਕੀਆਂ ਨੇ ਕਿ ਇਹਨੂੰ ਸਿਕਿਉਰਿਟੀ ਦੇ ਖਦਸ਼ਾਤ ਨੇ ਤੇ ਇਹ ਜੇਲ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ ਤੇ ਯੁਥਿਆ ਕਹਿੰਦਾ ਕਿ ਉਹਨਾਂ ਈਦ ਜਿਹੜੀ ਹੈ ਬਣੀ ਗੱਲਾਂ گزارਨੀ ਹੈ ਤੇ ਉਹ ਅਦਾਲਤ ਦੇ ਵਿੱਚ ਵੀ ਪੇਸ਼ ਨਹੀਂ ਕਰ ਸਕਦੇ ਕਿਉਂਕਿ ਉਹਨੂੰ ਉਹਦੇ ਜਿਹੜੇ ਆਕਾ ਨੇ ਉਹਨਾਂ ਨੇ ਉਧਾਂ ਚੜਨ ਦੀ ਕੋਸ਼ਿਸ਼ ਕਰਨੀ ਔਰ ਰਿਆਸਤੇ ਪਾਕਿਸਤਾਨ ਤੇ ਇਲਜ਼ਾਮ ਲਾਣਾ ਤੇ ਯੂਥੀਆਂ ਨੂੰ ਕਿਤੋਂ ਖਾਬ ਆ ਗਈ ਕਿ ਉਹਨਾਂ Eid ਜਿਹੜੀ ਉਹ ਜੇਲ੍ਹ ਚ ਕਰਨੀ ਤੇ ਬਹਰਲ ਜੱਜ ਸਾਹਿਬ ਤੁਹਾਡਾ ਇਹ ਹੁਕਮ ਜਿਹੜਾ ਇਹ ਤੋੜ ਚੜਦਾ ਸਾਨੂੰ ਨਜ਼ਰ ਕਿਸੇ ਸੂਰਤ ਵਿੱਚ ਵੀ ਨਹੀਂ ਆਂਦਾ ਅੱਗੇ ਜਨਾਬ ਤੁਸੀਂ ਆਜੋ 9 ਮਈ ਦੇ ਮੁਜਰਮਾਂ ਦੀ ਰਿਹਾਈ ਤੇ ਅਦਾਲਤ ਦਾ ਵੱਡਾ ਫੈਸਲਾ ਇਹ ਹੁਣ ਸੁਪਰੀਮ ਕੋਰਟ ਦੇ ਵਿੱਚ ਇੱਕ ਅਪੀਲ ਜਿਹੜੀ ਹੈ ਉਹ ਚਲਦੀ ਹੈ ਪਈ 9 ਮਈ ਦੇ ਜਿਹੜੇ ਮੁਜਰਮ ਨੇ ਫੌਜ ਤੇ ਜਿੰਨਾ ਹਮਲਾ ਕੀਤਾ ਯਾਨੀ ਫੌਜੀ ਅਦਾਲਤਾਂ ਦਾ ਕੇਸ ਅੰਦਾਜ਼ਾ ਲਾ ਲਓ 11 ਮਹੀਨੇ ਹੋ ਗਏ ਨੇ ਤੇ ਫੌਜੀ ਅਦਾਲਤਾਂ ਦਾ ਹਜੇ ਫੈਸਲਾ ਹੀ ਨਹੀਂ ਕੀਤਾ ਸੁਪਰੀਮ ਕੋਰਟ ਨੇ ਫਰਾਂਸ ਦੇ ਵਿੱਚ ਪਿਛਲੇ ਸਾਲ ਪਤਾ ਨਹੀਂ ਜੂਨ ਜੁਲਾਈ ਦੇ ਵਿੱਚ ਕੁ 5000 ਯੂਥੀਆਂ ਨੇ ਰਿਆਸਤ ਤੇ ਹਮਲਾ ਕੀਤਾ ਸੀ ਲੁੱਟਮਾਰ ਕੀਤੀ ਸੀ ਔਰ ਤਿੰਨਾਂ ਦਿਨਾਂ ਦੇ ਵਿੱਚ ਫਰਾਂਸ ਦੀ ਹਕੂਮਤ ਨੇ ਤਿੰਨ ਦਿਨਾਂ ਦੇ ਵਿੱਚ 24 ਘੰਟੇ ਅਦਾਲਤਾਂ ਲਾ ਕੇ ਤੇ ਉਹ ਜਿਹੜਾ 50000 ਯੂਥਰ ਸੀ ਫਰਾਂਸ ਦੇ ਵਿੱਚ ਉਹਨਾਂ ਨੂੰ 5 5 30 ਦੀ 35 35 40 40 ਸਾਲ ਦੀ ਸਜ਼ਾ ਸੁਣਾ ਦਿੱਤੀ ਸੀ ਤਿੰਨਾਂ ਦਿਨਾਂ ਦੇ ਵਿੱਚ ਇਹਨੂੰ ਕਹਿੰਦੇ ਨੇ ਜ਼ਿੰਦਾ ਰਿਆਸਤ ਠੀਕ ਹੈ ਨਾ ਇੱਥੇ ਆਵੇ ਦਾ ਆਵਾ ਵਿਗੜਿਆ ਸੁਪਰੀਮ ਕੋਰਟ ਦੇ ਵਿੱਚ ਵੀ ਆਵੇ ਦਾ ਆਵਾ ਵਿਗੜਿਆ ਤੇ ਬਾਕੀ ਤੇ ਖਾਤ ਹੀ ਸਾਰਾ ਖਤਮ ਹੈ ਨਾ ਭਾਈ ਜਾਨ ਅੱਛਾ ਇਹ ਹੁਣ ਸੁਪਰੀਮ ਕੋਰਟ ਦੇ ਵਿੱਚ ਅਪੀਲ ਜਿਹੜੀ ਹੈ ਉਹ ਦਾਇਰ ਹੈ ਕਿਉਂਕਿ 4 4-5 ਮਹੀਨੇ ਪਹਿਲੇ ਜਦੋਂ ਬੰਦਿਆਲ ਸੀ ਉਹਨੇ ਇੱਕ ਬੈਂਚ ਬਣਾਇਆ ਸੀ ਅ ਉਹ ਜਿਹੜਾ ਇਜਾਜ਼ੁਲ ਅਹਿਸਨ ਦੀ ਸਰਪ੍ਰਾਈ ਦੇ ਵਿੱਚ ਤੇ ਉਹਨਾਂ ਨੇ ਫੌਜੀ ਅਦਾਲਤਾਂ ਨੂੰ ਮਤਲਬ ਕਿ ਇੱਕ ਸਾਹਬ ਦਾ ਕਲਅਦਮ ਜਿਹਾ اقrar ਦਿੱਤਾ ਸੀ ਕਿ ਇਹ ਕੇਸ ਜਾ ਸਕਦੇ ਨੇ ਇਹ ਨਹੀਂ ਜਾ ਸਕਦੇ ਤੇ ਇੰਜ ਹੋਏਗਾ ਤੇ ਇੰਜ ਹੋਏਗਾ ਸਜ਼ਾ ਨਹੀਂ ਦੇ ਸਕਦੇ ਤੇ ਇਹ ਕਰ ਸਕਦੇ ਨੇ ਤੇ ਉਹ ਯਾਨੀ ਕਿ ਕੁੜਲਿਆ ਮਿਲਿਆ ਉਹਨਾਂ ਨੇ ਗੰਦਾ ਮੰਦਾ ਫੈਸਲਾ ਦਿੱਤਾ ਸੀ ਕਿਉਂਕਿ ਉਹਨਾਂ ਦੀਆਂ ਆਪਣੀਆਂ ਫੈਮਲੀਆਂ ਇਹਦੇ ਵਿੱਚ ਮਿਲਵਸ ਨੇ ਜਿਹੜਾ ਵੀ ਉਹ 4-5 ਰੁਕਣੀ ਬੈਂਚ ਸੀ ਹੁਣ ਹਕੂਮਤ ਜਿਹੜੀ ਇਹ ਅਪੀਲ ਵਿੱਚ ਗਈ ਹੈ ਕਿ ਇਹ ਛੇਤੀ ਫੈਸਲਾ ਕੀਤਾ ਜਾਏ ਚਾ ਕੇ ਜਿਹੜੇ ਅਸੀਂ ਬੰਦੇ ਫੜੇ ਨੇ ਇਹਨਾਂ ਦੀਆਂ ਸਜ਼ਾਵਾਂ ਦਾ ਅਸੀਂ ਐਲਾਨ ਕਰ ਦਈਏ ਬੰਦਿਆਂ ਨੂੰ ਇੰਨੇ ਹੀ ਸਾਲ ਸਜ਼ਾ ਹੋ ਚੁੱਕੀ ਹੈ ਇਹ ਹੁਣ ਅਦਾਲਤ ਦੇ ਵਿੱਚ ਕੇਸ ਲੱਗਾ 6 ਰੁਕਣੀ ਬੈਂਚ ਜਿਹੜਾ ਇਹ ਬਣਿਆ ਔਰ ਉਹਦੇ ਵਿੱਚ ਅਪੀਲ ਜਿਹੜੀ ਇਹ ਦਾਇਰ ਆਜ ਉੱਥੇ ਇਹਦੀ ਸਮਾਤ ਹੁੰਦੀ ਹੈ ਤੇ ਜਿਹੜਾ ਤਰੀਕੇ ਇਨਸਾਫ ਦਾ ਵਕੀਲ ਹੈ ਜਵਾਦ ਐਸ ਖਾਜਾ ਜਿੱਦੀ ਇਹ ਦਰਹਾਸ ਸੀ ਸ਼ੁਰੂ ਤੋਂ ਕਿਉਂਕਿ ਇਹ ਇਹਦੀ ਫੈਮਿਲੀ ਵੀ ਮਲਵਤ ਸੀ ਉਹ ਮਾਈ ਉਹ ਰਾਫਿਆ ਤੇ ਸਾਰਾ ਸਾਬ ਤਾਬ ਤੇ ਉਰਾਂ ਪਰਾਂ ਸਾਰਾ ਖਾਤਾ ਤੇ ਇਹ ਇਹਨੇ ਆਉਂਦਿਆਂ ਨਾਲ ਇਤਰਾਜ਼ ਕਰ ਦਿੱਤਾ ਬੈਂਚ ਤੇ ਜੀ ਇਹ ਬੈਂਚ 6 ਰੁਕਣੀ ਨਹੀਂ ਇਹ 9 ਰੁਕਣੀ ਹੋਣਾ ਚਾਹੀਦਾ 6 ਰੁਕਣੀ ਬੈਂਚ ਜਿਹੜਾ ਇਹ ਸਾਨੂੰ ਮਨਜ਼ੂਰ ਨਹੀਂ ਇਹ 9 ਰੁਕਣੀ ਹੋਣਾ ਚਾਹੀਦਾ ਪਰ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਤੇ ਸਮਰਥਨ ਕੀਤੀ 6 ਰੁਕਣੀ ਬੈਂਚ ਨੇ ਅਟਾਰਨੀ ਜਨਰਲ ਕੋਲ ਪੁੱਛਿਆ ਗਿਆ ਕਿ ਹਾਂਜੀ ਸਰਕਾਰ ਤੁਸੀਂ ਇਹ ਦੱਸੋ ਕਿ ਕਿੰਨੇ ਬੰਦੇ ਤੁਸੀਂ ਫੜੇ ਨੇ ਤੇ ਕਿੰਨਿਆਂ ਨੂੰ ਤੁਸੀਂ ਸਜ਼ਾ ਦੇ ਦਿੱਤੀ ਔਰ ਕਿੰਨੀ-ਕਿੰਨੀ ਸਜ਼ਾ ਤੁਸੀਂ ਦਿੱਤੀ ਹੈ ਫੌਜੀ ਅਦਾਲਤ ਦੇ ਵਿੱਚ ਉਹਦੇ ਵਿੱਚ ਜੋ ਸਾਹਮਣੇ ਆਇਆ ਕਿ ਅਟਾਰਨੀ ਜਨਰਲ ਨੇ ਕਿਹਾ ਜੀ ਕਈਆਂ ਨੂੰ ਸਾਢੇ-ਸਾਢੇ ਸਾਲ-ਸਾਲ ਦੀ ਸਜ਼ਾ ਹੈ ਕਈਆਂ ਨੂੰ 2 ਸਾਲ ਦੀ ਕਈਆਂ ਨੂੰ 10 ਸਾਲ ਦੀ ਕਈਆਂ ਨੂੰ 12 ਸਾਲ ਦੀ ਕਈਆਂ ਨੂੰ 18 ਸਾਲ ਦੀ ਜਿਵੇਂ ਜਿਵੇਂ ਕਿਸੇ ਦਾ ਜੁਰਮ ਹੈ ਉਸ ਹਿਸਾਬ ਨਾਲ ਉਹਨਾਂ ਨੂੰ ਸਜ਼ਾ ਕਈਆਂ ਨੂੰ 6 ਮਹੀਨੇ ਦੀ ਕਈਆਂ ਨੂੰ 8 ਮਹੀਨੇ ਦੀ ਇਹਦੇ ਵਿੱਚ ਅਦਾਲਤ ਜਿਹੜੀ ਹੈ ਇਹਨੇ ਹੁਕਮ ਜਾਰੀ ਕੀਤਾ ਕਿ ਤੁਸੀਂ ਜਿਹੜੇ ਛੋਟੀਆਂ ਸਜ਼ਾਵਾਂ ਵਾਲੇ ਨੇ ਜਿਨ੍ਹਾਂ ਦੇ ਮਤਲਬ 6 ਮਹੀਨੇ 8 ਮਹੀਨੇ 9 ਮਹੀਨੇ 10 ਮਹੀਨੇ ਦੀ ਸਜ਼ਾ ਹੈ ਇਹਨਾਂ ਦੀ ਫੈਰਿਸ ਜਿਹੜੀ ਹੈ ਇਹ ਸੁਪਰੀਮ ਕੋਰਟ ਦੇ ਵਿੱਚ ਜਮ੍ਹਾਂ ਕਰਾਈ ਜਾਏ ਚਲੋ ਬਾਕੀ ਜਿਨ੍ਹਾਂ ਨੂੰ ਵੱਡੀਆਂ ਸਜ਼ਾਵਾਂ ਨੇ ਉਹਨਾਂ ਨੂੰ ਰਹਿਣ ਦਿਓ ਆਪਣੇ ਕੋਲ ਹੀ ਰੱਖੋ ਲੇਕਿਨ ਜਿਹੜੇ ਇਹ ਛੋਟੀਆਂ ਸਜ਼ਾਵਾਂ ਵਾਲੇ ਨੇ ਇਹ ਟਿਚਕਰ ਮਿਚਕਰ ਜਿਹੜਾ ਯੂਥ ਹੈ ਇਹਨਾਂ ਦੀ ਫੈਰਿਸ ਜਿਹੜੀ ਹੈ ਇਹ ਸਾਡੇ ਸਾਹਮਣੇ ਪੇਸ਼ ਕੀਤੀ ਜਾਏ ਔਰ ਇਹ 28 ਮਾਰਚ ਤੱਕ ਸਮਾਪਤ ਮਲਤਵੀ ਕੀਤੀ ਹੈ ਔਰ 28 ਮਾਰਚ ਨੂੰ ਉਹਨਾਂ ਯੋਧੀਆਂ ਦੀ ਲਿਸਟ ਪੇਸ਼ ਕੀਤੀ ਜਾਏ ਜਿਹੜੇ ਛੋਟੇ-ਛੋਟੇ ਜੁਰਾਇਮ ਉਹਨਾਂ 9 10 11 ਮਈ ਨੂੰ ਕੀਤੇ ਸੀ ਵੱਡੀ ਗੇਮ ਜਿਨ੍ਹਾਂ ਨਹੀਂ ਸੀ ਕੀਤੀ ਜਿਹੜੇ ਨਾਲ ਐਵੇਂ ਸੌਲਤਕਾਰ ਟੈਪ ਜਾਂ ਐਵੇਂ ਨਾਲ ਐਵੇਂ ਤੋਂ ਸਾਵੇਂ ਲਗੇ ਫਿਰਦੇਸੀ ਕੇ ਫੜ ਲਓ ਤੇ ਇਹ ਕਰ ਲਓ ਤੇ ਉਹ ਕਰ ਲਓ ਛੋਟੇ-ਮੋਟੇ ਜਿਨ੍ਹਾਂ ਨੇ ਹਰਕਤਾਂ ਕੀਤੀਆਂ ਉਹਨਾਂ ਨੂੰ ਉਹਨਾਂ ਦੀਆਂ ਸਜ਼ਾਵਾਂ ਦੀ ਫਰਿਸ ਜਿਹੜੀ ਹੈ ਸਾਡੇ ਕੋਲ ਲੈ ਕੇ ਆਓ ਤੇ ਲੱਗਦਾ ਇੰਜ ਹੀ ਉਹਦੇ ਸੁਪਰੀਮ ਕੋਰਟ ਦੇ ਕੁਝ ਜੱਜਾਂ ਦੇ ਰਿਮਾਰਕਸ ਤੋਂ ਕਿ ਇਹ ਜਿਹੜੇ 6-6 ਮਹੀਨੇ ਵਾਲੇ ਸੀ ਜਾਂ 8-8 ਮਹੀਨੇ ਵਾਲੇ ਉਹਨਾਂ ਦੀ ਰਿਹਾਈ ਦਾ ਹੁਕਮ ਜਿਹੜਾ ਇਹ ਜਾਰੀ ਹੋ ਜਾਣਾ ਹੈ 28 ਮਾਰਚ ਨੂੰ ਅਗਲੀ ਸਮਾਰ ਦੇ ਉੱਤੇ ਤੇ ਇਹ ਹੁਣ ਵੇਖੋ ਇਹ ਕੀ ਬਣਦਾ ਇਹ ਇਹ ਇੱਕ ਤੇ ਸੁਪਰੀਮ ਕੋਰਟ ਦਾ ਫੈਸਲਾ ਆਣਾ ਹੈ ਇਹ ਫੌਜੀ ਅਦਾਲਤਾਂ ਤੇ ਔਰ ਦੂਸਰਾ ਇਹ ਜਿਹੜੇ ਛੋਟੇ ਯੂਥਰ ਸੀ 6-6 ਮਹੀਨੇ ਵਾਲੇ ਉਹਨਾਂ ਦੀ ਰਿਹਾਈ ਸਾਡੀ ਨਜ਼ਰ ਦੇ ਵਿੱਚ ਹੁੰਦੀ ਸਾਨੂੰ ਨਜ਼ਰ ਆਂਦੀ ਹੈ ਅੱਛਾ ਜੀ ਇਹ ਮਾਮਲਾ ਬੜਾ ਅਜੀਬ ਹੈ ਇਹਦੇ ਤੇ ਅਸੀਂ ਵੀ ਬੜਾ ਫੂਕ ਫੂਕ ਕੇ ਤੁਹਾਨੂੰ ਰਿਪੋਰਟਿੰਗ ਕਰਨੀ ਹੈ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਅਗਰ ਥੋੜਾ ਜਿਹਾ ਅਗਾ ਗੇਅਰ ਲਾਈਏ ਤੇ ਇਹ ਮੁੱਦਾ ਜਿਹੜਾ ਸਾਡਾ ਸਾਰਾ ਸਾਡੇ ਤੇ ਪੈ ਜਾਏ ਲੇਕਿਨ ਇਹ ਵੀ ਕਿ ਜੋ ਹੋ ਰਿਹਾ ਇਹ ਹੱਛਾ ਨਹੀਂ ਹੋ ਰਿਹਾ ਹੁਣ ਤੱਕ ਤੇ ਇਹ ਇਹਨਾਂ ਦੇ 40ਵੇਂ ਕੀ ਛਮਾਏ ਕੀ ਨਮਾਏ ਵੀ ਹੋ ਜਾਣੇ ਚਾਹੀਦੇ ਸੀ ਅਗਰ ਰਿਆਸਤ ਜ਼ਿੰਦਾ ਹੁੰਦੀ ਅਗਰ ਰਿਆਸਤ ਦੇ ਵਿੱਚ ਕੋਈ ਤਾਕਤ ਹੁੰਦੀ ਤੇ ਹੁਣ ਤੱਕ ਤੇ ਇਹਨਾਂ ਦਾ ਫੱਟਾ ਚੁੱਕਿਆ ਜਾਣਾ ਚਾਹੀਦਾ ਸੀ ਲੇਕਿਨ ਚਲੋ ਫਿਰ ਵੀ ਅਸੀਂ ਤੇ ਫਿਰ ਵੀ ਤੁਹਾਡੇ ਨਾਲ ਹੀ ਖੜੇ ਆ ਹਾਫਿਜ਼ ਸਾਹਿਬ ਅੱਛਾ ਜੀ ਅੱਗੇ ਆ ਜਾਓ ਜੀ ਵੱਡੀ ਖਬਰ ਜਿਹੜੀ ਵਾਸ਼ਲ ਔਰ ਸਵਾਤੀ ਦੇ ਕਾਗਜ਼ਾਤ ਤੇ ਨਾਮਜ਼ਦਗੀ ਮਨਜ਼ੂਰ ਰਿਆਸਤ ਵੜ ਗਈ ਸੈਨੇਟ ਦੇ ਇੰਤਖਬਾਤ ਐ ਮੇਰੇ ਖਿਆਲ ਨਾਲ 3-4 ਅਪ੍ਰੈਲ ਨੂੰ ਆ ਰਹੇ ਨੇ ਔਰ ਇਹਦੇ ਵਿੱਚ ਹੁਣ ਹਰ ਪਾਸੇ ਰੌਲਾ ਜਿਹੜਾ ਇਹ ਪਿਆ ਕਿ ਸੈਨੇਟ ਦੇ ਵਿੱਚ ਕਿੰਨੇ ਕਿੰਨੇ ਪਹੁੰਚਣਾ ਆਜ਼ਮ ਸਵਾਤੀ ਔਰ ਵਾਸ਼ਲ ਮੁਰਾਦ ਸੈਦ ਦੇ ਕੌਮੀ ਅਸੈਂਬਲੀ ਦੇ ਜਦੋਂ ਇੰਤਖਾਬਾਤ ਸੀ ਇਹਨਾਂ ਦੇ ਕਾਗਜ਼ਾਤ ਤੇ ਨਾਮਜ਼ਦਗੀ ਮੁਸਤਰਦ ਹੋ ਚੁੱਕੇ ਸੀ ਕਿਉਂਕਿ ਇਹ ਮਫਰੂਰ ਸੀ ਅਫਗਾਨਿਸਤਾਨ ਦੇ ਵਿੱਚ ਰੋਸ ਤੋਂ ਬਾਅਦ ਇਹ ਪਸ਼ਾਵਰ ਹਾਈ ਕੋਰਟ ਦੇ ਜੱਜ ਦੇ ਘਰ ਆ ਕੇ ਛੁੱਪ ਗਿਆ ਔਰ ਅੱਜ ਵੀ ਚੀਫ ਜਸਟਿਸ ਪਸ਼ਾਵਰ ਹਾਈ ਕੋਰਟ ਦੇ ਘਰ ਦੇ ਵਿੱਚ ਜਾਂ ਉਹਦੇ ਹੁਜਰੇ ਦੇ ਵਿੱਚ ਜਾਂ ਉਹਦੀ ਅਦਾਲਤ ਦੇ ਵਿੱਚ ਇਹ ਛੁਪੇ ਨੇ ਇਹ ਉਹ ਲੋਕ ਨੇ ਜਿਹੜੇ 9 10 11 ਮਈ ਦੇ ਮਰਕਜ਼ੀ ਕਰਦਾਰ ਨੇ ਇਹਨਾਂ ਨੇ ਪੁਲਿਸ ਫੌਜ ਔਰ ਰੇਂਜਰ ਦੇ ਉੱਤੇ ਬੰਬ ਸੁੱਟੇ ਪਖਤੂਨ ਹਾਦ ਦੇ ਵਿੱਚ ਜਿੰਨੀ ਫੌਜੀ ਤਨਸੀਬਾਤ ਸੀ ਉਹਦਾ ਬੇੜਾ ਗਰਖ ਕੀਤਾ ਔਰ ਆਜ਼ਾਦੀ ਦਾ ਨਾਰਾ ਲਾਇਆ ਔਰ ਪਾਕ ਫੌਜ ਤੇ ਦਿਲੋ ਜਾਨ ਦੇ ਨਾਲ ਤਲਬਾਨਾਂ ਦੇ ਨਾਲ ਮਿਲ ਕੇ ਹਮਲੇ ਕੀਤੇ ਔਰ ਸ਼ਹੀਦਾਂ ਨੂੰ ਕਬਰਾਂ ਦੇ ਵਿੱਚੋਂ ਕੱਢ ਕੇ ਉਹਨਾਂ ਦੀ ਬੇਹਰਮਤੀ ਕੀਤੀ ਇਹ ਉਹ ਲੋਕ ਨੇ ਜਿਦਾ ਮੈਂ ਨਾਮ ਲੈ ਰਿਹਾ ਮੁਰਾਦ ਸੈਦ ਔਰ ਆਜ਼ਮ ਸੁਵਾਤੀ ਇਹ ਉਹ ਲੋਕ ਨੇ ਏ ਕਿ ਜਿਨ੍ਹਾਂ ਨੇ GHQ ਤੇ ਹਮਲਾ ਕੀਤਾ ਪਾਕਿਸਤਾਨ ਦੀ ਫੌਜ ਦੇ ਹੈੱਡਕੁਆਰਟਰ ਦੇ ਉੱਤੇ ਹਮਲਾ ਕੀਤਾ ਇਹ ਉਹ ਲੋਕ ਨੇ ਕੌਣ ਮਰਦ ਇਹਵਲ ਮੁਰਾਦ ਸੈਦ ਅਤੇ ਆਜ਼ਮ ਸਵਾਤੀ ਅਤੇ ਆਜ਼ਮ ਸਵਾਤੀ ਉਹ ਆਦਮੀ ਹੈ ਜਿਨੇ ਇਲੈਕਸ਼ਨ ਤੋਂ 2 ਮਹੀਨੇ ਪਹਿਲੇ ਭਾਰਤੀ ਖੁਫੀਆ ਏਜੰਸੀ RAK ਤੋਂ 10 ਕਰੋੜ ਰੁਪਇਆ ਕੈਸ਼ ਲੈ ਕੇ ਜਿਹੜੀ ਦੁਬਈ ਦੇ ਵਿੱਚ ਮੌਤਕਿਲ ਹੋਈ ਸੀ ISI ਦੇ ਖਿਲਾਫ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਸੀ ਜ਼ਮਾਨ ਪਾਰਕ ਦੇ ਵਿੱਚ ਬੈਠ ਕੇ ਇਹ ਗੱਲ ਤੁਹਾਨੂੰ ਯਾਦ ਹੈ ਨਹੀਂ ਯਾਦ ਨਹੀਂ ਨਾ ਯਾਦ ਕਰੋ ਯਾਦ ਪਈ ਹੋਣੀ ਕਿਤੇ ਨਾ ਕਿਤੇ ਉਹ ਵੇਖੋ ਇਹ ਉਹ ਲੋਗ ਨੇ ਇਹਨਾਂ ਨੂੰ ਪਸ਼ਾਵਰ ਹਾਈ ਕੋਰਟ ਨੇ ਪਸ਼ਾਵਰ ਹਾਈ ਕੋਰਟ ਨੇ ਹਾਫਿਜ਼ ਸਾਹਿਬ ਆਰਮੀ ਚੀਫ ਸਾਹਿਬ ਜ਼ਰਾ ਸੁਣਨ ਧਿਆਨ ਨਾਲ ਔਰ ਜਿੰਨੇ ਵੀ ਤੁਸੀਂ ਫੌਜ ਵਾਲੇ ਸਾਡੇ ਕਰਤਾ ਦਰਤਾ ਯਾਰ ਸੱਜਣੋਂ ਬੇਲੀਓ ਅਸੀਂ ਤੇ ਤੁਹਾਡਾ ਕੇਸ ਲੜੀ ਰਹੇ ਹਾਂ ਲੇਕਿਨ ਗੁਜ਼ਾਰਿਸ਼ ਹੈ ਵੇ ਕਿ ਤੁਸੀਂ ਵੀ ਕੁਝ ਕਰ ਲਓ ਠੀਕ ਹੋ ਗਿਆ ਨਾ ਜੀ ਪਸ਼ਾਵਰ ਹਾਈ ਕੋਰਟ ਨੇ ਇਹ ਜਿਹੜੇ ਦੋ ਬੰਦੇ ਨੇ ਇਹਨਾਂ ਨੂੰ ਸੈਨੇਟ ਦਾ ਇਲੈਕਸ਼ਨ ਲੜਨ ਦੀ ਇਜਾਜ਼ਤ ਦੇ ਦਿੱਤੀ ਇਹਨਾਂ ਨੂੰ ਅਹਲ ਕਰਾਰ ਦੇ ਦਿੱਤਾ ਇੱਥੇ ਹੁਣ ਅਸੀਂ ਕੀ ਕਰੀਏ ਬੈਂਡ ਬਾਜੇ ਵਜਾਈਏ ਸ਼ਾ ਜੀ ਘੋੜਿਆਂ ਦਾ ਨਾਚ ਕਰੀਏ ਗੁੱਡੀਆਂ ਉਡਾਈਏ ਜਾਂ ਕੀ ਕਰੀਏ ਜਾਂ ਡਾਂਸਰਾਂ ਮੰਗਵਾ ਕੇ ਬੈਲੀ ਡਾਂਸ ਵੇਖੀਏ ਇਹ ਤੁਹਾਡੇ ਤੇ ਫੈਸਲਾ ਛੱਡਨੇ ਆ ਸੀ ਮੈਂ ਕਿੰਨੀ ਦੇਰ ਤੋਂ ਕਹਿ ਰਿਹਾ ਕਿ ਪਾਕਿਸਤਾਨ ਦੀ ਜਿੰਨੀ ਦੁਸ਼ਮਣੀ ਹੈ ਉਹ ਇਸ ਵਕਤ ਪਸ਼ਾਵਰ ਹਾਈ ਕੋਰਟ ਦੇ ਵਿੱਚ ਬੈਠੀ ਹੈ ਪਾਕਿਸਤਾਨ ਦਾ ਜਿੰਨਾ ਦੁਸ਼ਮਣ ਹੈ ਜਿਨ੍ਹਾਂ ਨੇ ਪਾਕਿਸਤਾਨ ਦੀ ਫੌਜ ਤੇ ਹਮਲਾ ਕੀਤਾ 9 ਮਈ ਕੀਤਾ ਔਰ ਅੱਜ ਵੀ ਉਹ ਪਲਾਨਿੰਗਾਂ ਕਰ ਰਹੇ ਨੇ ਉਹ ਪਸ਼ਾਵਰ ਹਾਈ ਕੋਰਟ ਔਰ ਪਸ਼ਾਵਰ ਹਾਈ ਕੋਰਟ ਦੇ ਜੱਜਾਂ ਦੇ ਘਾਰ ਦੇ ਵਿੱਚ ਬੈਠੇ ਨੇ ਉਹ ਤੁਹਾਨੂੰ ਸਮਝ ਕਿਉਂ ਨਹੀਂ ਆਉਂਦੀ ਕਿਸ ਮਿੱਟੀ ਦੇ ਤੁਸੀਂ ਬਣੇ ਆ ਕੀ ਕਰਨਾ ਚਾਹੁੰਦੇ ਆ ਪਾਕਿਸਤਾਨ ਦੀ ਆਵਾਮ ਜਿਹੜੀ ਉਹ ਸਾਨੂੰ ਪੁੱਛਦੀ ਹੈ ਕਿ ਤੁਸੀਂ ਇਹ ਕੇਸ ਲੜਦੇ ਹੋ ਪਰ ਤੇ ਇਹ ਕੀ ਕਰਦੇ ਨੇ ਮੈਂ ਬਹੁਤ ਕੁਝ ਕਹਿਣਾ ਚਾਹਨਾ ਅੱਜ ਮੈਂ ਯਕੀਨ ਕਰੋ ਲੇਕਿਨ ਮੈਂ ਫਿਰ ਵੀ ਕਹਿਣਾ ਕਿ ਨਹੀਂ ਬਹੁਤ ਕੁਝ ਮੈਂ ਕਹਿਣਾ ਚਾਹਨਾ ਕਿਉਂਕਿ ਸਵਾਲ ਸਾਡੇ ਕੋਲ ਆਂਦੇ ਨੇ ਤੁਹਾਡੇ ਤੱਕ ਤੇ ਕਿਸੇ ਦੀ ਪਹੁੰਚ ਨਹੀਂ ਨਾ ਸਵਾਲات ਆਵਾਮ ਸਾਡੇ ਕੋਲ ਕਰਦੀ ਕਿ ਮਿਠਾ ਜੀ ਇਹ ਕੀ ਹੋ ਰਿਹਾ ਕੀ ਜਵਾਬ ਦਈਏ ਮਤਲਬ ਕਿ ਜਿਨ੍ਹਾਂ ਨੇ ਪੁਲਿਸ ਫੌਜ ਰੇਂਜਰ ਦੇ ਜਵਾਨਾਂ ਨੂੰ ਸਾੜਿਆ ਉਹਨਾਂ ਦੀਆਂ ਕਬਰਾਂ ਖੋਦ ਕੇ ਉਹਨਾਂ ਦੀਆਂ ਲਾਸ਼ਾਂ ਨੂੰ ਸਾੜਿਆ ਜਿਹੜਾ ਅਚਕਉ ਤੇ ਹਮਲਾ ਕੀਤਾ ਸ਼ਹੀਦਾਂ ਦੀ ਯਾਦਗਾਰਾਂ ਤੇ ਹਮਲੇ ਕੀਤੇ ਕੋਰ ਕਮਾਂਡਰ ਦੇ ਘਰ ਸਾੜੇ ਪਖਤੂਨ ਹਾਂ ਦੇ ਵਿੱਚ ਜਿੰਨੀ ਤਨਸੀਬਾਤ ਸੀ ਫੌਜੀਆ ਦੀ ਜਿਨ ਇਜਾਜ਼ਾਤ ਸੀ ਸਾਰੇ ਦੇ ਸਾਰੇ ਸਾੜੇ ਔਰ ਨਹਿਰਾਂ ਦੇ ਵਿੱਚ ਸਮੰਦਰਾਂ ਆਪਣਾ ਦਰਿਆਵਾਂ ਦੇ ਵਿੱਚ ਸੁਠੀ ਹਰਸ਼ਾ ਉਹ ਉਹ ਸੈਨੇਟ ਦੇ ਇੰਤਖਾਬਾਤ ਲੜ ਰਹੇ ਕੀ ਮਾਮਲਾ ਹੈ ਕੋਈ ਹੈ ਇਹਦਾ ਜਵਾਬ ਦੇ ਕੋਈ ਹੈ ਜਿਹੜਾ ਸਾਨੂੰ ਦੱਸੇ ਕਿ ਜੀ ਐਸ ਵਜ੍ਹਾ ਤੋਂ ਉਹ 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 ਇੰਤਖਾਬਾਤ ਲੜ ਰਹੇ ਨੇ ਕੋਈ ਹੈ ਜਿਹੜਾ ਪਸ਼ਾਵਰ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਨੱਥ ਪਾਏ ਕੋਈ ਹੈ ਜਿਹੜਾ ਪਸ਼ਾਵਰ ਹਾਈ ਕੋਰਟ ਦੇ ਵਿੱਚ ਜਿਹੜੇ ਇਹ ਇੱਕ ਕਦੇੜਾ ਸਿਸਟਮ ਬੈਠਾ ਇਸرائیਲੀ ਸਿਸਟਮ ਉਹਨੂੰ ਲਗਾਮ ਡਾਲੇ ਕੋਈ ਹੈ ਮਾਈ ਦਾ ਪੁੱਤਰ ਕੋਈ ਮਾਈ ਦਾ ਲਾਲ ਹੈ ਪਾਕ ਫੌਜ ਦੇ ਵਿੱਚ ਜਾਂ ਸਾਡੀਆਂ ਏਜੰਸੀਆਂ ਦੇ ਵਿੱਚ ਜਿਹੜਾ ਇਹਨਾਂ ਨੂੰ ਲਗਾਮ ਡਾਲੇ ਇੱਕ ਮਜ਼ਾਕ ਬਣ ਕੇ ਰੱਖ ਦਿੱਤਾ ਅਸੀਂ ਫਿਰ ਵੀ ਤੁਹਾਡੇ ਨਾਲ ਖਲੋਤੇ ਆ ਸਾਡੇ ਤਾਂ ਪਤਾ ਨਹੀਂ ਕਿੰਨੇ ਹਮਲੇ ਹੋ ਚੁੱਕੇ ਨੇ ਹਰ ਰੋਜ਼ ਹੁੰਦੇ ਨੇ ਤੁਹਾਡੀ ਵਜ੍ਹਾ ਤੋਂ ਕਿਉਂਕਿ ਅਸੀਂ ਸਮਝਨੇ ਇਹ ਜ਼ੁਲਮ ਹੋਇਆ। ਔਰ ਇਸ ਜ਼ੁਲਮ ਦਾ ਬਦਲਾ ਲੈਣਾ ਚਾਹੀਦਾ। ਇੰਨੀ ਕਮਜ਼ੋਰ ਰਿਆਸਤ ਹੋ ਚੁੱਕੀ। ਇਹ ਕਿੰਨੇ ਕੁ ਲੋਕ ਨੇ 10 12 14 ਲੋਕ ਨੇ। ਇਹ ਤੁਹਾਡੇ ਕੋਲੋਂ ਨਹੀਂ ਫੜੇ ਜਾ ਰਹੇ। ਇਹ ਤੁਹਾਡੇ ਤੁਹਾਡੇ ਰੈਡਾਰ 'ਚ ਨਹੀਂ ਆਉਂਦੇ। ਤੁਸੀਂ ਤੇ ਚਿੜੀ ਪਰ ਮਾਰੇ ਬਾਰਡਰ ਤੇ ਤੇ ਤੁਸੀਂ ਉਹਦਾ ਸਤਿਆਨਾਜ਼ ਫੇਰ ਦਿੰਦੇ ਹੋ। ਤੇ ਇਹ ਤੁਹਾਡੇ ਕੋਲ ਮੌਜੂਦ ਨੇ ਪਸ਼ਾਵਰ 'ਚ। ਇਹ ਨਹੀਂ ਫੜੇ ਜਾ ਰਹੇ ਤੁਹਾਡੇ ਕੋਲ। ਕਿੰਨੇ ਕੁ ਤਾਕਤਵਰ ਨੇ? ਕੀ ਮਸਲਾ? ਕੀ ਮਾਮਲਾਤ ਨੇ? ਤੇ ਬਹਰਲ ਅਸੀਂ ਫਿਰ ਆਵਾਜ਼ ਉਠਾ ਰਹੇ ਹਾਂ ਤੁਹਾਡੇ ਹਾਸਤੇ ਇਹ ਨਹੀਂ ਹੋਣਾ ਚਾਹੀਦਾ ਇਹ ਦੋ ਲੋਕ ਕਿਸ ਤਰ੍ਹਾਂ ਸੈਨੇਟ ਦੇ ਵਿੱਚ ਆ ਕੇ ਪਹੁੰਚ ਜਾਣਗੇ ਕਿਸ ਤਰ੍ਹਾਂ ਇਹ ਪਖਤੂਨ ਹਾ ਦੀ ਅਸੈਂਬਲੀ ਦੇ ਵਿੱਚੋਂ ਇਲੈਕਟ ਹੋ ਜਾਣਗੇ ਕਿਸ ਤਰ੍ਹਾਂ ਇਹ ਸਾਹਮਣੇ ਆਣਗੇ ਆਵਾਮ ਦੇ ਇਹਨਾਂ ਦੇ ਕਿੰਨੇ 40 40 ਮੁਕਤਮਾਤ ਨੇ ਔਰ ਸਾਰੇ ਆ ਮੁਕਤਮਾਤ ਦੇ ਵਿੱਚੋਂ ਇਹ ਹਸ਼ਤਿਆਰੀ ਨੇ ਲਾਹੌਰੇਚ ਮੁਕਦਮਾਤ ਨੇ ਇਹਨਾਂ ਤੇ 라ਵਲਪਿੰਡੀ ਦੇ ਵਿੱਚ ਨੇ ਗੁਜਰਾਂਵਾਲਾ ਦੇ ਵਿੱਚ ਨੇ ਮੀਆਂਵਾਲੀ ਦੇ ਵਿੱਚ ਨੇ ਪਸ਼ਾਵਰ ਦੇ ਵਿੱਚ ਨੇ ਉਸ ਤੋਂ ਬਾਅਦ ਪਖਤੂਨ ਹਾਰੇ ਹੋਰ ਇਲਾਕਿਆਂ ਦੇ ਵਿੱਚ ਨੇ ਇਹ ਕਿਸ ਤਰ੍ਹਾਂ ਸਾਹਮਣੇ ਆਣਗੇ ਕੋਈ ਪਲਾਨ ਕੀਤਾ ਇਹਨਾਂ ਨੂੰ ਫੜਨ ਦਾ ਜੇ ਕੀਤਾ ਹਦ ਦੱਸ ਕੋਈ ਖੜਾਕ ਵਹਾ ਦਿਓ ਆਬਾਮ ਨੂੰ ਕਿਉਂਕਿ ਆਬਾਮ ਤੇ ਤੁਹਾਡੇ ਕੋਲ ਵੇਖ ਰਹੀ ਤੁਹਾਡੇ ਤੱਕ ਪਹੁੰਚ ਨਹੀਂ ਸਕਦੀ ਉਹ ਸਾਡੇ ਹਲ ਵਿੰਦੀ ਕਿ ਤੁਸੀਂ ਪੁੱਛੋ ਤਕੋਛ ਖਿਆਲ ਕਰ ਲੋ ਸਾਰੇ ਮਿਲ ਕੇ ਬੈ ਕੇ ਕੋਈ ਸਿਰ ਜੋੜ ਲੋ ਮੇਰਾ ਨਹੀਂ ਅੰਦਾਜ਼ਾ ਕਿ ਇਹ ਹਕੂਮਤਾਂ ਹਕੂਮਤਾਂ ਨੇ ਕੰਮ ਕੋਈ ਨਹੀਂ ਕਰਨਾ ਨਾ ਨਾ ਹੂੰ ਹੂੰ ਇਹ ਤੋ ਸਹੀ ਕਰਨਾ ਜੋ ਕਰਨਾ ਸਰ ਜੀ ਔਰ ਅਸੀਂ ਤੁਹਾਡੇ ਪਿੱਛੇ ਖੜੋਤੇ ਇਹ ਜੋ ਕਰਨਾ ਤੁਸਾਂ ਕਰਨਾ ਠੀਕ ਹੈ ਨਾ ਜੀ ਤੇ ਇਹ ਦੋ ਬੰਦੇ ਜਿਹੜੇ ਨੇ ਇਸ ਸੈਨੇਟ ਦੇ ਵਿੱਚ ਨਾ ਪਹੁੰਚਣ ਇਹ ਸਾਡੀ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਬਹੁਤ ਸ਼ੁਕਰੀਆ